मैं ना शाम को बताया, मैंने डॉक्टर के साथ बात की, ठीक है ठीक है ठीक है ठीक है, मैं सुन सके डॉक्टर बहुत खराब है, इसने पहले मेरा तीन केस खराब किए, हमें बता दे ਆਹੀ ਸਾਰਾ ਟੱਬਰ ਉੱਦੋਂ ਨਾਲ ਰੁਪਏ ਦੀ ਕਿੰਨੀ ਉਮਰ ਹੈ ਬੇਟੀ ਕੀ ਗੱਲ ਪਹਿਲਾਂ ਵੀ ਬੱਚੀ ਟੱਬੀ ਸਾਹਿਬ ਮੇਰੀ ਬੇਟੀ ਮੇਰੀ ਬਹੂ ਦਾ ਤੇ ਆਪਰੇਸ਼ਨ ਕੀਆ ਇਹਨਾਂ ਨੇ ਲੜਕੀ ਹੋਈ ਇਹਨਾਂ ਨੇ ਨਾ ਅੰਦਰ ਕੀ ਸਫਾਈ ਨਹੀਂ ਕੀ ਅੱਛੀ ਤਰ੍ਹਾਂ ਤਾਂ ਮੈਨੇ ਭਗਵਾਨ ਤੇ ਮੈਨੂੰ ਭਗਵਾਨ ਨੇ ਨਾ ਕੋਈ ਐਸਾ ਦਿਮਾਗ ਦਿਆ ਕਿ ਇਸकी ਦੂਰਬੀਨ ਦਾ ਆਪਰੇਸ਼ਨ ਕਰਾਓ ਮੈਨੂੰ ਤਾਂ ਵੀ ਕੋਈ ਕੇਸ ਖਰਾਬ ਹੋਇਆ ਤੇ ਦੁਬਾਰਾ ਕਿਉਂ ਆਏ ਤੇ ਮੇਰਾ ਮੇਰੇ ਕੋਲ ਹੀ ਪੁੱਛਾ ਮੇਰੇ ਜਵਾਈ ਰਾਜ ਨੇ ਆਪਰੇਸ਼ਨ ਨਹੀਂ ਇਹਨਾਂ ਨੇ ਕੀਤਾ ਤਾਂ ਇਨਕੇ ਬਾਸ ਜਾਣਾ ਦਾ ਫਿਰ ਉਸਕੇ ਬਾਅਦ ਮੈਨੇ ਬਾਹਰ ਜਾ ਕੇ ਦੂਰਬੀਨ ਦਾ ਆਪਰੇਸ਼ਨ ਉਹ ਕਰਵਾਇਆ ਇਸਕਾ ਅਲਟਰਾਸਾਊਂਡ ਉਸਕੇ ਬਾਅਦ ਹਮੇ ਚਲਾ ਪਤਾ कि इसके अंदर कुछ ना क्लॉड रहन दिए इन लोगों ने बेटा तीसरे महीने के बाद प्रॉपर अबॉर्शन किया इसने नहीं तो मेरी बेटी ये बड़ी बेटी थी मेरी ये वाली बहू थी मेरी ये तो मुझे भगवान ने दी कुड़ी दा पियो मैं कितों आयो डमटाल मलोट तो ऑपरेशन कदा कराई थी पत्थरी दा पित्ते दा ऑपरेशन करन नीता 2:10 ते अंदर ਉਹ ਫਿਰ ਕਹਿੰਦੇ ਬਲੱਡ ਵਗ ਗਿਆ ਬਲੱਡ ਵਗ ਗਿਆ ਪਤਾ ਨਹੀਂ ਰੱਬ ਨੇ ਕੀ ਨਾ ਕੀਤਾ ਹੋਣਾ ਕੀਤਾ ਮਾਲਕ ਨੂੰ ਹੋਣਾ ਪਤਾ ਮੈਨੂੰ ਨਹੀਂ ਪਤਾ ਕਿਹੜਾ ਹਸਪੀਟਲ ਕਿਹੜਾ ਜੀ ਇਹ ਸੁਖ ਸਦਨ ਉਹ ਮੇਰੀ ਲਾਡੋ ਉਹ ਮੈਂ ਸੁਖ ਸਦਨ ਡਾਕਟਰ ਕੀ ਕਹਿੰਦਾ ਹੁਣ ਡਾਕਟਰ ਕਹਿੰਦਾ ਹਮਨੇ ਬਹੁਤ ਬਚਾਅ ਕੀਆ ਬਹੁਤ ਬਚਾਅ ਕੀਆ ਹਮਨੇ ਬਲੱਡ ਬਹੁਤ ਬਚਾਅ ਕੀਆ ਕਿੰਨੀ ਉਮਰ ਹੈ ਕੁੜੀ ਦੀ ਕਿੰਨੀ ਉਮਰ ਹੈ 25 26 ਸਾਲ ਦੀ ਤਿੰਨ ਬੱਚੇ ਡਲੋਜੀ ਪੜਦੇ ਆ ਤੁਹਾਨੂੰ ਵੀ ਲੱਗਦਾ ਹਸਪੀਟਲ ਦੀ ਅੰਗੇਲੀ ਹੈ ਜੀ ਹਾਂਜੀ ਕੋਈ ਨਾ ਨਹੀਂ ਹੋਣੀ ਵੀ ਬਲੱਡ ਕਿਦਾਂ ਵਗ ਗਿਆ ਅੱਗੇ ਪਿੱਤੇ ਦੀ ਪਥਰੀ ਹੋਵੇ ਤੇ ਬਿਲਕੁਲ ਸਹੀ ਪ੍ਰਸ਼ਨ ਨਿਕਲਦੇ ਇਹਦਾ ਬਲੱਡ ਕਿਦਾਂ ਆ ਗਿਆ ਕੋਈ ਗਲਤੀ ਹੋਣੀ ਹੈ ਕੋਈ ਨਾ ਕੋਈ ਗਲਤੀ ਤਾਂ ਹੋਣੀ ਹੈ ਬਾਹਰ ਢੋਣਾ ਕਿ ਇਹਦਾ ਹਸਦੀ ਖੇਡਦੀ ਗਈ ਹੈ ਟੈਸਟ ਦੇਖੋ ਹਰੇ ਮੇਰੀ ਬੜਾਪਾ ਬੇੜਾ ਕਰ ਕਰ ਜਦੋਂ ਆਪਰੇਸ਼ਨ ਕਰਦਾ ਸਰਜਨ ਉਹਦਾ ਲੜਕਾ ਆ ਇੱਕ ਉਹ ਲੰਬਾ ਦਾ ਗੋਰਾ ਸੋ ਲਿਖਾ ਹੋਇਆ ਉੱਪਰ ਸਰਜਨ ਜਿਸ ਦਾ ਹਸਪੀਟਲ ਹੈ ਅਭੀ ਬੋਲਦੇ ਨੇ ਨਏ ਲੜਕੇ ਨਹੀਂ ਥੇ ਇਹ ਪੁਰਾਣੇ ਲੜਕੇ ਤੇ 20 ਸਾਲ ਹੋ ਗਏ ਤੇ ਇਨਕੋ ਪ੍ਰਸ਼ਨ ਕਰਤੇ 20 ਸਾਲ ਹੋ ਗਏ ਤੇ ਇਨਕੋ ਪ੍ਰਸ਼ਨ ਕਰਤੇ ਮੈਨੂੰ ਕੀ ਪਤਾ ਤਾਂ ਵੀ ਨਏ ਲੜਕੇ ਆ ਜਾਂ ਪੁਰਾਣੇ ਆ ਡਾਕਟਰ ਸਾਹਿਬ ਕਿਸੇ ਦੀ ਲਾਈਫ ਦੇ ਕਿਹੜੀ 25 ਸਾਲ ਉਮਰ ਦੀ ਲੜਕੀ ਕੀ ਜਾਂ 26 ਸਾਲ ਇਤਨੇ ਇਤਨੇ ਬੱਚੇ ਆ ਸਰ 25 ਸਾਲ ਉਮਰ ਦੀ ਲੜਕੀ ਕੀ ਖੁਦ ਖੜੇ ਹੋਣਾ ਦਾ ਡਾਕਟਰ ਨੇ ਥੋੜਾ ਪਾਲਣਾ ਇਧਰ ਆ ਬਾਜੀ ਤੇ ਜੀਜਾ ਜੀ ਜੀ ਤੇ ਜਿਹਨਾਂ ਦੀ ਡੈਥ ਹੋਈ ਉਹ ਸਾਡੀ ਸਿਸਟਰ ਜੀ ਕਿੰਨੇ ਬੱਚੇ ਸੀ ਤਿੰਨ ਬੱਚੇ ਆ ਦੋ ਕੁੜੀਆਂ ਇੱਕ ਮੁੰਡਾ ਛੋਟਾ ਆ ਤੇ ਅੱਜ ਕੀ ਵਾਪਿਆ ਹੋਇਆ ਸਰ ਬੋਲਦੇ ਸਵੇਰੇ ਆਪਰੇਸ਼ਨ ਕਰਨ ਥੀਏਟਰ 'ਚ ਗਏ ਤੇ ਬੋਲਦੇ ਬਸ ਬਲੱਡ ਹੀ ਵਗਣ ਗਿਆ ਕਿਸ ਚੀਜ਼ ਦਾ ਆਪਰੇਸ਼ਨ ਸੀ ਪੱਥਰੀ ਦਾ ਆਪਰੇਸ਼ਨ ਹੈ ਸਰ ਜੀ ਤੇ ਕਿਹੜੀ ਜਗ੍ਹਾ ਤੋਂ ਆਪਰੇਸ਼ਨ ਪਿੱਤੇ ਦੀ ਆਪਰੇਸ਼ਨ ਦਾ ਕਿਹੜੀ ਜਗ੍ਹਾ ਤੋਂ ਆਪਰੇਸ਼ਨ ਕਰਾ ਬੰਦਾ ਨਹੀਂ ਮਰਦਾ ਹਸਪੀਟਲ ਦਾ ਨਾਮ ਹਸਪੀਟਲ ਦਾ ਨਾਮ ਜੀ ਸੁੱਧ ਸਦਨ ਨਹੀਂ ਮਰਦਾ ਤੇ ਕਿਹੜਾ ਡਾਕਟਰ ਕਿਹੜਾ ਸੀ ਪਤਾ ਡਾਕਟਰ ਸਰ ਵੱਡਾ ਡਾਕਟਰ ਹੀ ਹੈ ਨਾਂ ਦੀ ਨਾ ਹੁੰਦਾ ਪਤਾ ਨਹੀਂ ਕਿੰਨੀ ਏਜ ਤੁਹਾਡੀ ਸਿਸਟਰ ਦੀ ਹਲੇ 27-28 ਸਾਲ ਉਮਰਾਂ ਦੀ ਕੋਈ ਏਜ ਉਹਨਾਂ ਨਾਲ ਇਹਨਾਂ ਦਾ ਸਾਹਮਣੇ ਛੋਟੇ ਬੱਚੇ ਇੰਨੇ ਨੇ ਬੱਚੇ ਰਹਿ ਗਏ ਸਰ ਹੁਣ ਕੋਈ ਕਾਰਵਾਈ ਦੀ ਮੰਗ ਕਰਦੇ ਤੁਸੀਂ ਸਰ ਉਹ ਤਾਂ ਕਰਨੇ ਪੈਣੀ ਸਰ ਹਾਂਜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਸੁਖ ਸਦਨ ਹਸਪੀਟਲ ਦੇ ਵਿੱਚ ਇੱਕ ਜਿਹੜੀ ਭਾਵਨਾ ਨਾਂ ਦੀ ਲੜਕੀ ਹੈ ਉਹਦਾ ਜਿਹੜਾ ਉਹ ਪਿੱਤੇ ਦਾ ਆਪਰੇਸ਼ਨ ਸੀਗਾ ਜਿਹੜਾ ਜੋ ਐਸ ਪਰ ਸਾਡੀ ਇਨਫੋਰਮੇਸ਼ਨ ਉਹਦਾ ਪਿੱਤੇ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੋਈ ਕੰਪਲੀਕੇਸ਼ਨ ਆਣ ਕਰਕੇ ਜਿਹੜਾ ਉਹਦੀ ਡੈਥ ਹੋ ਗਈ ਹੈ ਜੋ ਉਹਦੀ ਫੈਮਿਲੀ ਹੈ ਜਿਹੜੀ ਜਿਹਦੀ ਲੜਕੀ ਦੀ ਡੈਥ ਹੋਈ ਉਹਦੀ ਫੈਮਿਲੀ ਡਿਮਾਂਡ ਕਰ ਰਹੀ ਹੈ ਕਿ ਜਿਹੜੀ ਇਹ ਡਾਕਟਰਾਂ ਦੀ ਨੈਗਲੀਜੈਂਸੀ ਕਰਕੇ ਹੋਇਆ ਉਹਦਾ ਜੋ ਪ੍ਰੋਸੀਜਰ ਹੈਗਾ ਕਾਨੂੰਨੀ ਪ੍ਰੋਸੀਜਰ ਉਹੀ ਅਡਾਪਟ ਕਰ ਰਹੇ ਆ ਫਿਲਹਾਲ ਅਸੀਂ ਡੈਡ ਬੋਡੀ ਜਿਹੜੀ ਹੈ ਉਹ ਸਿਵਲ ਹਸਪੀਟਲ ਮੋਰਚ ਵਿੱਚ ਸ਼ਿਫਟ ਕਰਤੀ ਹੈ ਔਰ ਇਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ